ਸਾਡਾ ਲਾਡੀ ਨਾਲ ਪ੍ਰੇਮ ਹੀ ਬਹੁਤ ਆ ਬਹੁਤ ਜ਼ਿਆਦਾ ਪਿਆਰ ਆ ਮੇਰੇ ਕੋਲ ਸਾਡੇ ਕੋਲ ਆਉਂਦਾ ਤੁਹਾਨੂੰ ਤਾਂ ਰਿਸਪੌਂਸ ਕਿੱਦਾਂ ਦਾ ਮਿਲਦਾ ਬਹੁਤ ਵਧੀਆ ਰਿਸਪੌਂਸ ਆ ਜੀ ਬਹੁਤ ਵਧੀਆ ਰਿਸਪੌਂਸ ਆ 2022 ਦੀ ਲੋਕ ਉਡੀਕ ਕਰਦੇ ਆ ਜਾਂਦਾ ਨਾ ਅਤੇ ਮੈਂ ਕਿਹਾ ਨਹੀਂ ਨਹੀਂ ਅਸੀਂ ਤੁਹਾਡੇ ਨਾਲ ਕਾਂਗਰਸੀ ਸ਼ੁਰੂ ਤੋਂ ਹੈਗੇ ਸ਼ੁਰੂ ਤੋਂ ਰਵਾਂਗੇ ਇੱਦਾਂ ਹੀ ਕਾਂਗਰਸ ਇਹਨਾਂ ਨੂੰ ਅਸੀਂ ਜੱਦੀ ਕਾਂਗਰਸੀ ਹਾਂ ਇੰਦਰਾ ਦੇ ਵੇਲੇ ਤੋਂ ਸਾਡੇ ਦਾਦੇ ਬਾਬੇ ਜਿਹੜੇ ਆ ਜਦੋਂ ਬਿਲਕੁਲ ਜ਼ੀਰੋ ਹੋ ਗਈ ਸੀ ਕਾਂਗਰਸ ਤਾਂ ਉਦੋਂ ਵੀ ਅਸੀਂ ਬੂਥ ਲਾਇਆ ਤਾਂ ਤੁਸੀਂ ਦੇਖ ਰਹੇ ਹੋ NNR ਨਿਊਜ਼ 'ਤੇ ਮੈਂ ਹਾਂ ਤੁਰਨ ਹਰਦੀਪ ਅੱਜ ਤੋਂ ਮਹਿਜ਼ 3 ਦਿਨ ਪਹਿਲਾਂ ਇੱਕ ਵੱਖ ਵੱਖ ਅਖਬਾਰਾਂ 'ਚ ਖਬਰ ਪ੍ਰਕਾਸ਼ਿਤ ਹੋਈ ਸੀ ਕਿ ਜੋ ਕਾਂਗਰਸੀ ਵਰਕਰ ਆ ਉਹ ਆਮ ਆਦਮੀ ਪਾਰਟੀ ਦੇ ਵਿੱਚ ਚਲੇ ਜਾਂਦੇ ਆ ਪਰ ਸਿਰਫ 3 ਦਿਨ ਤੋਂ ਬਾਅਦ ਅੱਜ ਫਿਰ ਜੋ ਤੁਸੀਂ ਇਕੱਠ ਦੇਖ ਰਹੇ ਹੋ ਇਹ ਵਾਪਸ ਕਾਂਗਰਸ ਵਿੱਚ ਆ ਗਿਆ ਕਾਰਨ ਕੀ ਸੀ ਉਹ ਕਾਰਨ ਜਾਣਾਂਗੇ ਹਾਂਜੀ ਵੀਰ ਜੀ ਤੁਹਾਡੀ ਵੀ ਫੋਟੋ ਵੀ ਲੱਗੀ ਸੀ ਕੀ ਕਾਰਨ ਸੀ ਕਿੰਨੀ ਛੇਤੀ ਵਾਪਸ ਵੀ ਹੋ ਚੁੱਕੀ ਹੈ ਨਹੀਂ ਜੀ ਭਾਜੀ ਅਸੀਂ ਤਾਂ ਤੇ ਪ੍ਰੇਮ ਦਾ ਕਰਕੇ ਗਏ ਹਾਂ ਅਸੀਂ ਸ਼ੁਰੂ ਤੋਂ ਕਾਂਗਰਸੀ ਹਾਂ ਕਾਂਗਰਸ ਵਿੱਚ ਹੀ ਰਵਾਂਗੇ ਜੋ ਮਰਜ਼ੀ ਹੋਵੇ ਕਾਂਗਰਸ ਨਹੀਂ ਛੱਡਾਂਗੇ ਕਿਤਾ ਤਾਂ ਕੋਈ ਪਲਾਨ ਕਿ ਇਸ ਵਾਰ ਨਹੀਂ ਜੀ ਹੋਰ ਫਿਰ ਇਦਾਂ ਨਹੀਂ ਹੁੰਦੀ ਭਾਜੀ ਅਸੀਂ ਦਲ ਬਦਲਣਗੇ ਇੱਕ ਪਾਰਟੀ 'ਚ ਰਹੇ ਹਾਂ ਇੱਕ 'ਚ ਹੀ ਰਹਿਣਾ ਹਾਂਜੀ ਤੁਸੀਂ ਵੀ ਇਸੇ ਪਿੰਡ ਦੇ ਹਾਂਜੀ ਹਾਂਜੀ ਤੇ ਤੁਹਾਡੀ ਫੋਟੋ ਵੀ ਲੱਗੀ ਸੀ ਨਹੀਂ ਮੇਰੀ ਫੋਟੋ ਤਾਂ ਨਹੀਂ ਲੱਗੀ ਸੀ ਪਰ ਮੇਰੇ ਪਿੰਡ ਦੇ ਕਈ ਨੌਜਵਾਨਾਂ ਦੇ ਆ ਕਈ ਸਿਆਣੇ ਬਜ਼ੁਰਗਾਂ ਦਾ ਨਾਮ ਵਿੱਚ ਆਇਆ ਸੀ ਜਿਨ੍ਹਾਂ ਨੂੰ ਕੁਝ ਕੱਲ੍ਹ ਵਗਰਾ ਕੇ ਜਾਂ ਕੁਛ ਤੇ ਪ੍ਰੇਮ ਦੇ ਤੌਰ 'ਤੇ ਉਹਨਾਂ ਨੂੰ ਲਿਆਂਦਾ ਗਿਆ ਫਿਰ ਉਹਨਾਂ ਨੂੰ ਉਹਨਾਂ ਨਾਮ ਵਿੱਚ ਪਾਇਆ ਗਿਆ ਕਿ ਆਮ ਵੀ ਜੁਆਇਨ ਕਰ ਲਈ ਪਰ ਕੋਈ ਜੁਆਇਨਿੰਗ ਕੀਤੀ ਇਹਨਾਂ ਨੇ ਕਿ ਜੁਆਇਨਿੰਗ ਕੀਤੀ ਸੀ ਕੁਝ ਅਨਸਰਾਂ ਵੱਲੋਂ ਇਹਨਾਂ ਨੂੰ ਦੂਜਾ ਪਾਸੇ ਲਿਜਾਇਆ ਗਿਆ ਬਿਲਕੁਲ ਉਲਝਾ ਕੇ ਇਹਨਾਂ ਨੂੰ ਉਹਨਾਂ ਦਾ ਨਾਮ ਵਿੱਚ ਪਾਇਆ ਗਿਆ ਇਹਨਾਂ ਦਾ ਇਹਨਾਂ ਨੂੰ ਕੋਈ ਪਾਰਟੀ ਜੁਆਇਨ ਨਹੀਂ ਕੀਤੀ ਇਹਨਾਂ ਨੇ ਸਾਡੇ ਨੇ ਸਾਡੇ ਹੀ ਰਹਿਣਗੇ ਅਤੇ ਇਹ ਅਸੀਂ ਇਸ ਕਰਕੇ ਇਹਨਾਂ ਨੂੰ ਅੱਜ ਤੁਹਾਨੂੰ ਸੱਦ ਕੇ ਇਹ ਸਪਸ਼ਟੀਕਰਨ ਦੇਣ ਵਾਸਤੇ ਸੱਦਿਆ ਤੁਹਾਨੂੰ ਕਿ ਇਹ ਸਾਡੇ ਨੇ ਸਾਡੇ ਨਾਲ ਹੀ ਖੜੇ ਨੇ ਹਾਂਜੀ ਤੁਹਾਡੀ ਤਾਂ ਕਹਿੰਦੇ ਵਿੱਚ ਫੋਟੋ ਵੀ ਨਹੀਂ ਲੱਗੀ ਨਾਂ ਪਾਇਆ ਸੀਗਾ ਤੁਸੀਂ ਮੌਜੂਦ ਸੀ ਨਹੀਂ ਜੀ ਮੈਂ ਮੌਜੂਦ ਨਹੀਂ ਮੈਂ ਤਾਂ ਕੰਮ 'ਤੇ ਸੀ ਕੀ ਕਹਿਣਾ ਚਾਹੁੰਗੇ ਤੁਸੀਂ ਮੈਂ ਕਾਂਗਰਸ ਪਾਰਟੀ ਨਾਲ ਹੈਗਾ ਹਾਂ ਤਾਂ ਕਾਂਗਰਸ ਪਾਰਟੀ ਨਾਲ ਰਵਾਂਗੇ ਜੀ ਠੀਕ ਹੈ ਹਾਂਜੀ ਜੀ ਤੁਹਾਡਾ ਕੀ ਕਹਿਣਾ ਤੁਸੀਂ ਸਾਰੇ ਜਿੱਦਾਂ ਕਿ ਗੱਲ ਕਰ ਰਹੇ ਕਿ ਕਾਂਗਰਸ ਪਾਰਟੀ 'ਚ ਸੀ ਅਤੇ ਕਾਂਗਰਸ ਵਿੱਚ ਹੀ ਰਹਾਂਗੇ ਤੁਸੀਂ ਇਹਨਾਂ ਨੌਜਵਾਨਾਂ ਬਾਰੇ ਕੀ ਕਹਿਣਾ ਚਾਹੋਗੇ ਕੀ ਕਾਰਨ ਬਣਿਆ ਸੀ ਕਿ ਉਸ ਦਿਨ ਦਾ ਪਾਸਾ ਤੁਹਾਡਾ ਪਲਟਿਆ ਲੱਗਦਾ ਸੀਗਾ ਹਾਂਜੀ ਸਰ ਗੱਲ ਕੋਈ ਖਾਸ ਨਹੀਂ ਇਹਨਾਂ ਨੂੰ ਬਸ ਲਿਜਾਇਆ ਗਿਆ ਨਾਲ ਵੀ ਆਪਾਂ ਜਾਣਾ ਮਾੜੀ ਜੀ ਮੀਟਿੰਗ ਆ ਉੱਥੇ ਫੋਟੋ ਖਿੱਚੀਆਂ ਗਈਆਂ ਮੁੰਡੇ ਆਪਣੇ ਆ ਅਸੀਂ ਮੁੱਢੋ ਮੁੱਢੀ ਕਾਂਗਰਸ ਗਏ ਹਾਂ ਕਾਂਗਰਸ ਗਏ ਰਵਾਂਗੇ ਲਾਡੀ ਭਾਜੀ ਦੇ ਨਾਲ ਪੂਰੀ ਸਪੋਰਟ ਆਪਣੀ ਪੂਰੀ ਰਹੂਗੀ ਹਾਂਜੀ ਭਾਜੀ ਤੁਸੀਂ ਵੀ ਵੀਰ ਜੀ ਇੱਕ ਨੌਜਵਾਨ ਹੋ ਹਾਂਜੀ ਪਿੰਡ ਦਾ ਵਿਕਾਸ ਕਿਸ ਤਰ੍ਹਾਂ ਹੋ ਰਿਹਾ ਹਾਂਜੀ ਪਿੰਡ ਦੇ ਜੋ ਵਿਕਾਸ ਪਿੰਡ ਦਾ ਵਿਕਾਸ ਵਧੀਆ ਕਰਦੇ ਆ ਲਾਡੀ ਭਾਜੀ ਹੋਣੀ ਕੰਮ ਵਧੀਆ ਕੀਤੇ ਆ ਅਸੀਂ ਸ਼ੁਰੂ ਤੋਂ ਕਾਂਗਰਸੀ ਆ ਸਾਨੂੰ ਧੋਖੇ ਨਾਲ ਲੈ ਗਏ ਆ ਜੀ ਉੱਦਾਂ ਕਹਿਤਾ ਵੀ ਅਸੀਂ ਜਾਣਾ ਵਾਗਾ ਮਾੜੀ ਪਾਰਟੀ ਪੁਲਟੀ ਆ ਘਰੋਂ ਮੈਨੂੰ ਠਾਲਿਆ ਜਦੋਂ ਇੱਥੋਂ ਲੈ ਕੇ ਗਏ ਸੀ ਤਾਂ ਦੱਸਿਆ ਨਹੀਂ ਗਿਆ ਕਿ ਪਾਰਟੀ ਜੁਆਇਨ ਕਰਾਉਣੀ ਨਹੀਂ 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 ਇੱਦਾਂ ਦੀ ਨਹੀਂ ਗੱਲ ਕੋਈ ਵੀ ਕੀਤੀ ਬਸ ਇਹੀ ਕਿਹਾ ਵੀ ਉੱਥੇ ਮੀਟਿੰਗ ਆ ਕੋਈ ਇੱਦਾਂ ਜਿਹਾ ਕਹਿ ਕੇ ਲਿਆ ਗਏ ਬਸ ਅਸੀਂ ਚਲੇ ਗਏ ਮੀਟਿੰਗ ਦਾ ਨਾਂ ਲੈ ਕੇ ਇੱਥੋਂ ਗਏ ਸੀ ਹਾਂਜੀ ਪੈਲਸ ਦਾ ਬਾਅਦ ਵਿੱਚ ਉੱਥੇ ਉਹ ਪਤਾ ਨਹੀਂ ਹੋਟਲ ਜਿਹਾ ਸੀ ਉੱਥੇ ਲੈ ਗਏ ਪਹਿਲਾਂ ਪੈਲਸ ਦਾ ਗਿਆ ਸੀਗਾ ਖਾਣ ਪੀਣ ਦਾ ਕਰਕੇ ਚਲੋ ਮੁੰਡੇ ਖਾਣ ਪੀਣ ਹਾਂਜੀ ਨੌਜਵਾਨ ਕਾਫੀ ਗੱਲਾਂ ਬਾਤਾਂ ਕਰ ਰਹੇ ਤੁਸੀਂ ਸਿਆਣੀ ਉਮਰ ਦੇ ਹੋ ਕੀ ਕਹਿਣਾ ਚਾਹੋਗੇ ਕਾਫੀ ਤਜਰਬਾ ਵੀ ਆ ਤੁਹਾਨੂੰ ਮੈਂ ਗੋਬਿੰਦਪੁਰ ਤੋਂ ਸਰਪੰਚ ਆ ਜੀ ਮੌਜੂਦਾ ਉਦਣ ਮੁੰਡਿਆਂ ਨਾਲ ਫਰਾਡ ਹੋਇਆ ਇਹਦੀ ਅਸੀਂ ਨਖੇਧੀ ਕਰਦੇ ਨਹੀਂ ਕਰਨਾ ਚਾਹੀਦਾ ਜਿਹਦਾ ਮਨ ਆ ਜਾ ਸਕਦਾ ਇਹਦੇ 'ਚ ਕੋਈ ਹੈਗਾ ਕੋਈ ਕਿਸੇ ਨੂੰ ਮਜਬੂਰੀ ਕਰਕੇ ਤਾਂ ਕਿਸੇ ਨੂੰ ਰੋਕਿਆ ਨਹੀਂ ਜਾ ਸਕਦਾ ਅਗਲੇ ਦਾ ਮਨ ਟੋਣਾ ਚਾਹੀਦਾ ਜਿੱਥੇ ਮਨ ਕਰਦਾ ਉੱਥੇ ਅਗਲਾ ਜਾਵੇ ਜੀ ਸਦਕੇ ਜਾਵੇ ਸਾਰਿਆਂ ਨੂੰ ਅਧਿਕਾਰ ਆ ਮੁੜਪਣ ਦਾ ਪਰ ਅਸੀਂ ਤਾਂ ਲਾਡੀ ਭਾਜੀ ਨਾਲ ਜੁੜੇ ਹੋਏ ਹਾਂ ਕਾਫੀ ਚਿਰ ਤੋਂ ਕਾਂਗਰਸੀ ਜੁੜੇ ਹਾਂ ਉਹਨਾਂ ਨਾਲ ਹੈਗੇ ਹਾਂ ਅਤੇ ਨਾਲ ਹੀ ਰਵਾਂਗੇ ਬਿਲਕੁਲ ਨਾਲ ਮਾਂ ਅਤੇ ਨਾਲ ਰਵਾਂਗੇ ਹਾਂਜੀ ਸਰ ਤੁਸੀਂ ਵੀ ਕੀ ਕਹਿਣਾ ਚਾਹੋਗੇ ਮੈਨੂੰ ਨਾ ਪੜਾਂਗਾ ਇੰਦਰਾ ਦੇ ਵੇਲੇ ਤੋਂ ਸਾਡੇ ਦਾਦੇ ਬਾਬੇ ਜਿਹੜੇ ਆ ਜਦੋਂ ਬਿਲਕੁਲ ਜ਼ੀਰੋ ਹੋ ਗਈ ਕਾਂਗਰਸ ਤੇ ਉਦੋਂ ਵੀ ਅਸੀਂ ਬੂਥ ਲਾਇਆ ਤੇ ਅਸੀਂ ਕਾਂਗਰਸੀ ਆ ਤੇ ਕਾਂਗਰਸੀ ਰਵਾਂਗੇ ਲਾਡੀ ਸਾਹਿਬ ਦਾ ਫੁੱਲ ਹੋ ਕੇ ਗਾਵੇਂ ਅੱਗੇ ਵੀ ਕਰਦੇ ਆ ਬਹੁਮਤ ਤਗੜੇ ਹੋ ਕੇ ਇਸ ਤੋਂ ਬਾਅਦ ਪੀ ਏ ਸਾਹਿਬ ਵੀ ਸਾਡੇ ਨਾਲ ਆ ਤੁਸੀਂ ਮਿਹਨਤ ਬਹੁਤ ਕਰਦੇ ਹੋ ਦੋ ਗੱਲਾਂ ਤੁਹਾਡੇ ਨਾਲ ਅੱਜ ਵੀ ਕਰਾਂਗੇ ਅੱਜ ਵੀ ਤੁਸੀਂ ਸਭ ਤੋਂ ਪਹਿਲਾਂ ਸੇਵਾ ਵੀ ਕਰ ਰਹੇ ਹੋ ਇੰਨਾ ਇਕੱਠ ਇੱਥੇ ਅੱਜ ਹੋਇਆ ਕੀ ਕਹਿਣਾ ਚਾਹੋਗੇ ਜੀ ਮੈਂ ਤਾਂ ਇਹ ਕਹਿਣਾ ਚਾਹੂੰਗਾ ਤੁਹਾਡੇ ਸਾਹਮਣੇ ਹੀ ਹੈ ਜੀ ਸਾਰਿਆਂ ਬੰਦਿਆਂ ਨੇ ਆਪਣੀ ਸਟੇਟਮੈਂਟ ਦੇ ਦਿੱਤੀ ਆ ਬਿਲਕੁਲ ਕਿਸੇ ਦਾ ਸਾਰਿਆਂ ਨੇ ਕਿਹਾ ਕੋਈ ਪ੍ਰੈਸ਼ਰ ਨਹੀਂ ਕੋਈ ਦਬਾਅ ਨਹੀਂ ਠੀਕ ਆ ਹਰੇਕ ਪਾਰਟੀ 'ਚ ਕਿਸੇ ਦਾ ਮਨ ਕਰਦਾ ਜਾਣ ਦਾ ਕੋਈ ਅਸੀਂ ਉਹ ਨਹੀਂ ਗੱਲ ਹੈਗੀ ਪਰ ਕਿਸੇ ਨੂੰ ਗਲਤ ਗੁੰਮਰਾਹ ਕਰਨਾ ਹਲਕੇ ਦੇ ਲੋਕਾਂ ਨੂੰ ਸਮਾਜ ਨੂੰ ਗਲਤ ਗੁੰਮਰਾਹ ਕਰਨਾ ਮਾੜੀ ਗੱਲ ਹੈ ਤੁਹਾਡੇ ਸਾਹਮਣੇ ਹੀ ਬੰਦੇ ਕਹਿ ਰਹੇ ਸਾਡੇ ਮੌਜੂਦਾ ਮੈਂਬਰ ਪੰਚਾਇਤ ਦਾ ਮਿੱਤਰਪਾਲ ਜੀ ਇਹ ਸਾਡੇ ਸਰਪੰਚ ਸਾਹਿਬ ਖੜ੍ਹੇ ਆ ਲੋਹਗੜ੍ਹ ਤੋਂ ਲਖਵੀਰ ਸਿੰਘ ਜੀ ਆ ਤਾਂ ਸਰਪੰਚ ਸਾਹਿਬ ਨੇ ਵੀ ਆਪਣੀ ਸਟੇਟਮੈਂਟ ਦਿੱਤੀ ਆ ਭਾਜੀ ਤੋਂ ਲਾਡੀ ਭਾਈ ਤੋਂ ਸਾਰੇ ਬੰਦੇ ਖੁਸ਼ ਆ ਵਿਕਾਸ ਹੋ ਰਿਹਾ ਹਲਕੇ ਦੇ ਵਿੱਚ ਵਿਕਾਸ ਹੋਇਆ ਤੁਸੀਂ ਵੀ ਰੋਜ਼ ਇੱਥੇ ਰਹਿੰਦੇ ਆ ਫੀਲਡ 'ਚ ਰਹਿੰਦੇ ਆ ਤੁਹਾਨੂੰ ਵੀ ਪਤਾ ਆ ਵੀ ਪਿਛਲੇ ਸਮੇਂ 'ਚ ਕੀ ਹਾਲਾਤ ਸੀ ਅਤੇ ਹੁਣ
ਕਿੰਨਾ ਹਲਕਾ ਸੁਧਰ ਚੁੱਕਾ ਹੈ। ਮੈਂ ਤਾਂ ਇਹੀ ਕਹੂੰਗਾ ਜੀ। ਦੇਖੋ ਜੀ, ਤੁਸੀਂ ਵੀ ਨਾਲ ਹੀ ਹੁੰਦੇ ਹੋ, ਸਵੇਰੇ ਕਦੋਂ ਘਰੋਂ ਤੁਰਦੇ ਹੋ ਅਤੇ ਵੱਖ ਪਿੰਡਾਂ 'ਚ ਜਾਂਦੇ ਹੋ, ਤਾਂ ਰਿਸਪੋਂਸ ਕਿੱਦਾਂ ਦਾ ਮਿਲਦਾ ਜੀ? ਬਹੁਤ ਵਧੀਆ ਰਿਸਪੋਂਸ ਆ ਜੀ, ਬਹੁਤ ਵਧੀਆ ਰਿਸਪੋਂਸ ਆ। 2022 ਦੀ ਲੋਕ ਉਡੀਕ ਕਰਦੇ ਆ ਔਰ ਕਾਂਗਰਸ ਦੀ ਝੋਲੀ 'ਚ ਜ਼ਬਰਦਸਤ ਜਿੱਤ ਇਸ ਸੀਟ ਤੋਂ ਹੋਊਗੀ। ਹਾਂਜੀ, ਤੁਸੀਂ ਕੀ ਕਹਿਣਾ ਚਾਹੋਗੇ? ਮੈਨੂੰ ਵੀ ਫੜਾ ਹੀ ਦਿਓ ਉਹਨਾਂ ਦੀ ਗੱਲ ਕੋਲ। ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਸਾਡਾ ਜਿਹੜਾ ਨਗਰ ਦਾ ਵਿਕਾਸ ਆ, MLA ਸਾਹਿਬ ਬਹੁਤ ਵਧੀਆ ਕਰਾ ਰਹੇ, ਸਾਡਾ ਉਹਨਾਂ ਨਾਲ ਪਿਆਰ ਬਹੁਤ ਆ। ਅਸੀਂ ਕੋਈ ਵੀ ਦੁੱਖ ਸੁੱਖ 'ਚ ਸਾਡੇ ਜਦੋਂ ਅਸੀਂ ਟੈਲੀਫੋਨ ਕਰਦੇ ਹਾਂ ਉਸੇ ਵੇਲੇ ਹਾਜ਼ਰ ਹੁੰਦੇ ਆ। ਇਹ ਜਿਹੜੇ ਸਾਡੇ ਨੌਜਵਾਨ ਗਏ ਸੀ, ਇਹਨਾਂ ਨੂੰ ਦੱਸਿਆ ਨਹੀਂ ਸੀ ਕਿ ਗਿਆ, ਇਹਨਾਂ ਨੂੰ ਪਾਰਟੀ ਦਾ ਕਹਿ ਕੇ ਵੀ ਉੱਥੇ ਕੋਈ ਪਾਰਟੀ ਆ ਜੇ ਵੋ ਝੂਠ ਤੂਫਾਨ ਮਾਰ ਕੇ ਇਹਨਾਂ ਨੂੰ ਲੈ ਗਏ ਸੀਗੇ। ਇਸ ਕਰਕੇ ਸਾਡੇ ਬੱਚੇ ਆ, ਇਹ ਸਾਡੇ ਨਾਲ ਹੀ ਆ, ਪੱਕੇ ਕਾਂਗਰਸੀ ਅਸੀਂ। ਸਾਨੂੰ ਸਾਰੇ ਪਿੰਡ ਦਾ ਪਿਆਰ ਨਾਲ ਸਹਿਯੋਗ ਆ, ਕਿਸੇ ਦਾ ਕੋਈ ਦਬਾਅ ਨਹੀਂ ਇਸ ਇਹਦੇ 'ਤੇ। ਸਾਡੇ ਸਾਰੇ ਜਿੰਨੇ ਕੰਮ ਆ ਵਧੀਆ ਹੋ ਰਹੇ ਆ, ਕੋਈ ਕਿਸੇ ਗੱਲ ਦੀ ਕੋਈ ਕੰਪਲੇਂਟ ਨਹੀਂ, ਅਤੇ ਅਸੀਂ ਬਿਲਕੁਲ ਖੜ੍ਹੇ ਹਾਂ ਤਨੋ ਮਨੋ ਨਾਲ। ਸਾਡਾ ਸਾਰਾ ਨਗਰ ਸਹਿਯੋਗ ਦਊਗਾ ਭਾਜੀ ਲਾਡੀ ਦਾ। MLA ਦਾ ਬਹੁਤ ਬਹੁਤ ਧੰਨਵਾਦ, ਸਾਡਾ ਬਹੁਤ ਕਰਦੇ ਆ, ਕੋਈ ਦੁੱਖ ਸੁੱਖ ਹੋਏ ਸਾਡਾ ਉਸੇ ਵੇਲੇ ਆ ਕੇ ਸੁਣਦੇ ਆ। ਇਸ ਕਰਕੇ ਕੋਈ ਸਾਡਾ ਬੰਦਾ ਨਹੀਂ ਉੱਧਰ ਜਾ ਰਿਹਾ, ਸਿਰਫ ਇੱਕੋ ਸਤਨਾਮ ਸਿੰਘ ਹੀ ਆ, ਇਕੱਲਾ ਹੀ ਇਕੱਲਾ ਹੈ ਉਹ। ਪਹਿਲਾਂ ਕਹਿੰਦੇ ਦੋ ਤਿੰਨ ਪਰਿਵਾਰ ਵੀ ਨਹੀਂ ਉਹਦੇ ਨਾਲ, ਸਿਰਫ ਉਹ ਇਕੱਲਾ ਹੀ ਆ, ਇੱਕੋ ਹੀ 1.25 ਲੱਖ ਹੀ ਉਹ। ਹੁਣ 1.25 ਲੱਖ ਨੂੰ ਭਾਵੇਂ ਜਿੰਨਾ ਜਿੱਦਾਂ ਮਰਜ਼ੀ ਸਮਝ ਲਓ ਤੁਸੀਂ, ਉਹ ਇਕੱਲਾ ਹੀ ਆ, ਕੋਈ ਪਿੰਡ 'ਚੋਂ ਕੋਈ ਬੰਦਾ ਨਹੀਂ ਉਹਦੇ ਨਾਲ। ਇਸ ਕਰਕੇ ਜਿਹੜਾ ਅੱਜ ਦਾ ਪ੍ਰੋਗਰਾਮ ਆ, ਬਹੁਤ ਬਹੁਤ ਧੰਨਵਾਦ ਇਹਨਾਂ ਦਾ, ਸਾਰੇ ਨਗਰ ਦਾ। ਮੈਂ ਤੈਅ ਦਿਲੋਂ ਬਹੁਤ ਇਹਨਾਂ ਦਾ ਧੰਨਵਾਦ ਕਰਦਾ ਜਿਹੜਾ ਇਹਨਾਂ ਨੇ ਆਣ ਕੇ ਇੱਥੇ ਸਹਿਯੋਗ ਦਿੱਤਾ, ਅਤੇ ਜਿਹੜਾ ਥੋੜ੍ਹੀ ਬਹੁਤੀ ਸ਼ੱਕ ਸੀਗੀ ਉਹ ਸ਼ੱਕ ਆਪਦੀ ਦੂਰ ਕੀਤੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਾਫੀ ਹੈ ਤਜਰਬਾ, ਤੇ ਕਾਂਗਰਸ ਸਰਕਾਰ ਬਾਰੇ ਕੀ ਕਹਿਣਾ ਚਾਹੋਗੇ? ਸਾਡਾ ਲਾਡੀ ਨਾਲ ਪ੍ਰੇਮ ਹੀ ਬਹੁਤ ਆ, ਬਹੁਤ ਜ਼ਿਆਦਾ ਪਿਆਰ ਆ, ਮੇਰੇ ਕੋਲ ਸਾਡੇ ਕੋਲ ਆਉਂਦਾ। ਮੈਂ ਬਿਮਾਰੀ ਨੇ ਮੇਰਾ 3-4 ਵਾਰੀ ਪਤਾ ਲੈਣਾ, ਘਰ ਕੰਮ ਕਾਰ ਪੂਰੇ ਜ਼ੋਰਾਂ ਦੇ ਚੱਲ ਰਹੇ, ਥੋੜ੍ਹੀ ਸਿਹਤ ਨਹੀਂ, ਮੈਨੂੰ ਅਟੈਕ ਹੋ ਜਾਂਦਾ। ਬਿਲਕੁਲ ਜੀ, ਬਾਪੂ ਜੀ ਸਰ ਕਹਿੰਦੇ ਕਿ ਸਿਹਤ ਠੀਕ ਨਹੀਂ ਹੈ, ਪਰ ਫਿਰ ਵੀ ਇਹ ਬੋਲਦੇ ਨਜ਼ਰ ਆਇਆ ਕਿ ਲਾਡੀ ਜੀ ਇੱਥੇ ਆਉਂਦੇ ਆ, ਕਦੋਂ ਵੀ ਬੁਲਾਈਦਾ, ਤੁਹਾਡੀ ਮਦਦ ਹੈਲਪ ਕਰਦੇ ਆ, ਹਰ ਕੰਮ ਮੋਢੇ ਨਾਲ ਮੋਢਾ ਜੋੜ ਕੇ ਕਰਵਾਉਂਦੇ। ਹੋਰ ਮੈਂ ਕਹਾਂ ਜੇ ਕਿਸੇ ਵੀਰ ਨੇ ਗੱਲਬਾਤ ਕਰਨੀ ਆ ਤਾਂ ਅੱਗੇ ਆ ਕੇ ਗੱਲਬਾਤ ਕਰ ਸਕਦੇ ਆ। ਹਾਂਜੀ, ਇਹ ਸਾਡੇ ਜਿਹੜੇ ਪਰਿਵਾਰ ਹੈ ਮੁੰਡੇ ਆ, ਸ਼ੁਰੂ ਤੋਂ ਕਾਂਗਰਸੀ ਰਹੇ ਆ ਅਤੇ ਹੁਣ ਵੀ ਕਾਂਗਰਸੀ ਅਤੇ ਅੱਗੇ ਵੀ ਕਾਂਗਰਸੀ ਰਹਿਣਗੇ। ਜੋ ਇਹ ਗਲਤ ਫਹਿਮੀ ਸੀ ਅੱਜ ਦੂਰ ਹੋ ਗਈ ਹੈ। ਹਾਂਜੀ ਜੀ, ਮੈਂ ਜੀ ਮੈਂਬਰ ਸਾਹਿਬ, ਅਤੇ ਇੱਦਾਂ ਸਾਡਾ ਨਾਮ ਵੀ ਵਿੱਚ ਹੀ ਲਿਖਿਆ ਸੀ ਇਹਨਾਂ ਨੇ, ਵਿੱਚ ਹੀ ਲਿਖਿਆ ਗਿਆ ਸੀ। ਹਾਂਜੀ ਹਾਂਜੀ, ਅਤੇ ਮੈਨੂੰ ਲਾਡੀ ਸਾਹਿਬ ਨੇ ਕਿਹਾ ਸੀ ਸਾਹਿਬ ਨੇ, ਅਤੇ ਕਹਿੰਦੇ ਤੁਸੀਂ ਤੁਹਾਡਾ ਨਾਮ ਵਿੱਚ ਜਾਂਦਾ ਨਾਂ, ਅਤੇ ਮੈਂ ਕਿਹਾ ਨਹੀਂ ਅਸੀਂ ਤਾਂ ਤੁਹਾਡੇ ਨਾਲ ਕਾਂਗਰਸੀ ਸ਼ੁਰੂ ਤੋਂ ਹੈਗੇ, ਸ਼ੁਰੂ ਤੋਂ ਰਹਾਂਗੇ ਇੱਦਾਂ ਹੀ ਕਾਂਗਰਸੀ। ਹਾਂਜੀ ਹਾਂਜੀ, ਬਿਲਕੁਲ ਜੀ, ਜਿੰਨੇ ਵੀ ਇੱਥੇ ਸੱਜਣ ਪਹੁੰਚੇ ਹੋਏ ਸੀ ਉਹਨਾਂ ਦਾ ਕਹਿਣਾ ਸੀ ਕਿ 3 ਦਿਨ ਪਹਿਲਾਂ, ਮੈਂ ਫਿਰ ਦੱਸ ਦਵਾਂ ਕਿ ਜੋ ਸੱਜਣ ਆਮ ਆਦਮੀ ਪਾਰਟੀ ਯਾਨੀ ਕਿ ਝਾੜੂ ਵਿੱਚ ਗਏ ਸੀ ਔਰ 3 ਦਿਨ ਮਹਿਜ਼ ਬਾਅਦ ਉਹਨਾਂ ਦੀ ਵਾਪਸੀ ਕਾਂਗਰਸ ਪਾਰਟੀ ਦੇ ਵਿੱਚ ਹੋ ਚੁੱਕੀ ਹੈ। ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਪਰ ਲਗਾ ਕੇ ਇੱਕ ਪਾਰਟੀ ਦੇ ਨਾਂ 'ਤੇ ਇਹ ਲਿਜਾਇਆ ਜਾਂਦਾ, ਪਰ ਉਹਨਾਂ ਦਾ ਕੋਈ ਜਾਣ ਦਾ ਮਨ ਨਹੀਂ ਸੀ। ਉਸ ਤੋਂ ਬਾਅਦ ਮੈਂਬਰ ਪੰਚਾਇਤ ਹੋਰਾਂ ਸੱਜਣਾਂ ਦੇ ਨਾਲ ਗੱਲਬਾਤ ਕੀਤੀ, ਉਹਨਾਂ ਦਾ ਸਪਸ਼ਟ ਤੌਰ 'ਤੇ ਕਹਿਣਾ ਹੈ ਕਿ ਅਸੀਂ ਕਾਂਗਰਸ ਪਾਰਟੀ ਦੇ ਵਿੱਚ ਸੀ ਔਰ ਕਾਂਗਰਸ ਪਾਰਟੀ ਦੇ ਵਿੱਚ